ਵੀ ਕਰਦੇ ਆ ਕੋਈ ਸਾਡਾ ਉਹਦੇ ਨਾਲ ਕੋਈ ਦੁੱਚਾ ਜਾਤੀ ਦੁਸ਼ਮਣੀ ਨਹੀਂ ਸੀ ਐ ਉਹ ਆਏ ਆ ਕੇ ਮੁੰਡਾ ਝਾਰ ਖਿੱਦਣ ਗਿਆ ਉਹਨਾਂ ਨੇ ਆ ਕੇ ਪੰਜ ਛੇ ਬੰਦੇ ਗੱਡੀ 'ਚ ਉਤਰੇ ਤੇ ਘਾਪੇ ਦੇ ਤਲਵਾਰਾਂ ਨਾਲ ਵੱਢ ਕੇ ਸਿੱਟ ਕੇ ਇੱਕ ਮੁੰਡਾ ਸੀ ਨਾਲ ਉਹ ਭੱਜ ਗਿਆ ਡਰਦਾ ਕੀ ਕਰੇ ਵਿਚਾਰਾ ਐ ਪਿੰਡ ਦਾ ਬਹੁਤ ਬੁਰਾ ਹਾਲ ਕਰ ਰਿਹਾ ਚਿੱਟਾ ਵੇਚਦੇ ਨਸ਼ਾ ਚਰੇ ਆਮ ਸਾਰੀ ਰੋਡੀ ਦਾ ਬਹੁਤ ਬੁਰਾ ਹਾਲ ਕਰ ਰੱਖਿਆ ਇਹਨਾਂ ਬੰਦਿਆਂ ਨੇ परिवार सारा गुल करता की पहला भी कोई लड़ाई झगड़ा नहीं पता लग गया होया कादे बचे क्यों मारे की गल करिए क्यों नहीं ਇਹਦਾ ਸਾਨੂੰ ਅਜੇ ਕਾਰਨ ਕੋਈ ਨਹੀਂ ਪਤਾ ਲੱਗਿਆ। ਹਾਂਜੀ ਕੀ ਕਰਵਾਈ ਉਹਦਾ ਪਤਾ ਬਾਅਦ ਚ ਲੱਗੂਗਾ ਜਦੋਂ ਕੋਈ ਕਸਕੜੀ ਜਾਉਣਗੇ ਫਿਰ ਪਤਾ ਲੱਗੂਗਾ ਵੀ ਕੀ ਗੱਲ ਕੀ ਨਹੀਂ। ਅਸਲ ਵਿੱਚ ਕੋਈ ਇਹ ਜੋ ਮਾਮਲਾ ਹੈ ਕਹਾਂ ਹੋਰ ਹੋ ਗਿਆ ਸਰ ਕਾਵੇ ਦਾਣਾ ਮੰਡੀ ਮੇ ਹੋਇਆ ਜੀ ਦਾਣਾ ਮੰਡੀ ਰੋੜੀ। ਹਾਂਜੀ ਆਪਕਾ ਨਾਮ? ਹਾਂਜੀ ਆਪਕਾ ਨਾਮ? ਮੇਰਾ ਨਾਮ ਬਜੀਰ ਸਿੰਘ ਹੈ ਜੀ। ਮੇਰੇ ਪਿਤਾ ਦਾ ਨਾਮ ਕਰਨੈਲ ਸਿੰਘ ਫੌਜੀ ਹੈ ਜੀ। ਕੀ ਕਰਦੇ ਹੋ ਵਗੈਰਾ? ਮੰਗੇ ਕਹਿੰਦੇ ਆ ਵੀ ਪ੍ਰਸ਼ਾਸਨ ਨੂੰ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਬੱਚੇ ਨੇ ਜਿਹੜੇ ਇਹ ਰੁਲ ਗਏ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਜੀ। ਉਹਨਾਂ ਬੰਦਿਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ। ਅਸਲ ਮੈਂ ਤਾਂ ਫਾਂਸੀ ਹੋਣੀ ਚਾਹੀਦੀ ਹੈ ਵੀ ਸਾਰੇ ਪਿੰਡ ਦਾ ਬੁਰਾ ਹਾਲ ਕਰ ਰੱਖਿਆ। ਕੀ ਲੱਗਦਾ ਤੁਹਾਨੂੰ? ਮੇਰਾ ਭਤੀਜਾ ਹੀ ਚਾਚਾ ਲੱਗਦਾ ਮੈਨੂੰ। ਠੀਕ ਹੈ। ਕੱਲ ਸ਼ਾਮ ਕੋ ਕਰੀਬ ਇੱਥੇ 6:30 ਵਜੇ ਪਾਲਾ ਰਾਮ ਔਰ ਤਿੰਨ ਅੰਨੇ ਆਦਮੀ ਜਾਰ ਖਰੀਦ ਕਰ ਰਹੇ ਥੇ ਵਹਾਂ ਆਪਣੇ ਰੋੜੀ ਮੰਡੀ ਕੇ ਅੰਦਰ। ਉਸੀ ਟਾਈਮ ਇਹ 6 ਆਦਮੀ ਆਏ, ਦੋ ਬਾਈ ਨੇ ਮੈਂ ਗੰਗੂ ਔਰ ਬੁੰਦੜ ਹੈ ਔਰ चार जो है वो अननोन है। वो इसको तलवारों से और राड वगैरह से चोट मार गए, इसका मर्डर कर गए। तो इसमें कार्रवाई चालू है, पोस्टमार्टम करवाया जा रहा है, मुकदमा दर्ज कर दिया गया है। जल्द से जल्द आरोपियों को गिरफ्तार कर लिया जाएगा। नहीं, कारण तो फिलहाल अभी कोई नहीं आया। कह रहे हैं कि भाई कोई अचानक ही हुआ है ऐसे तो नहीं। पहले वाली तो अभी मेरे तो कोई नोटिस में नहीं आई कि भाई इनका कोई आपस में झगड़ा हुआ उसके साथ। पहले तो कोई ऐसी बात नहीं है।